ਆ ਦੋਸਤੋ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਹਰਵਿੰਦਰ ਰਿਆੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਜਿਵੇਂ ਪਤਾ ਹੈ ਕਿ ਅਸੀਂ ਵੱਖ ਵੱਖ ਤਰ੍ਹਾਂ ਦੇ ਸ਼ੋਅ ਜਿਹੜੇ ਨੇ ਉਹ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਉਂਦੇ ਨੇ, ਚਾਹੇ ਜਸ ਪੰਜਾਬੀ ਦਾ ਇਹ ਬਹੁਤ ਵੱਡਾ ਉਪਰਾਲਾ ਅਤੇ ਹੀਲਾ ਰਿਹਾ ਕਿ ਚਾਹੇ ਲਾਅ ਡਿਪਾਰਟਮੈਂਟ ਦੇ ਸ਼ੋਅ ਹੋਣ, ਚਾਹੇ ਮੈਡੀਕਲ ਦੇ ਨਾਲ ਸੰਬੰਧਿਤ ਸ਼ੋਅ ਹੋਣ, ਅਸੀਂ ਆਪਣੀ ਕਮਿਊਨਿਟੀ ਤੱਕ ਹਰ ਤਰ੍ਹਾਂ ਦੀ ਜਾਗਰਤੀ, ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਪਹੁੰਚਾਉਣ ਦੇ ਵਿੱਚ ਹਮੇਸ਼ਾ ਪਿਛਲੇ 12 ਸਾਲ ਤੋਂ ਕਦੇ ਕਸਰ ਨਹੀਂ ਛੱਡੀ। ਔਰ 12 ਸਾਲ ਤੋਂ ਹੀ ਸਾਡੇ ਨਾਲ ਲਗਾਤਾਰ ਹੋਮਿਓਪੈਥੀ ਔਰ ਹਰਬਲ ਦੀਆਂ ਦਵਾਈਆਂ ਜਿਹੜੀਆਂ ਨੇ, ਉਹਨਾਂ ਨੂੰ ਦਵਾਈਆਂ ਨਹੀਂ ਅਸੀਂ ਕਹਿ ਸਕਦੇ, ਅਸੀਂ ਤਾਂ ਉਹਨਾਂ ਨੂੰ ਕਹਿ ਸਕਦੇ ਵਰਦਾਨ, ਕਿ ਉਸ ਤਰ੍ਹਾਂ ਦਾ ਵਰਦਾਨ ਜਿਹੜਾ ਉਹ ਸਾਡੇ ਚੈਨਲ ਦੇ ਉੱਤੇ ਬੈਠ ਕੇ ਬਣ ਰਹੇ ਨੇ ਡਾਕਟਰ ਇਫਤਕਾਰ ਚੌਧਰੀ, ਔਰ ਜਿਹੜੇ ਪਿਛਲੇ 12 ਸਾਲ ਤੋਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ, ਔਰ ਤੁਹਾਡੇ ਬਹੁਤ ਹੀ ਫੇਮਸ ਜਿਹੜੇ ਨੇ ਉਹ ਚਿਹਰੇ ਨੇ, ਅੱਜ ਸਾਡੇ ਸਟੂਡੀਓ ਦੇ ਵਿੱਚ ਫਿਰ ਆਪਣਾ ਹੋਮਿਓਪੈਥੀ ਅਤੇ ਹਰਬਲ ਦਾ ਸ਼ੋਅ ਲੈ ਕੇ ਹਾਜ਼ਰ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਨਮਸਕਾਰ, ਸਲਾਮ ਅਲੈਕਮ। ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ। ਹਾਂਜੀ, ਡਾਕਟਰ ਸਾਹਿਬ, ਬੜੇ ਸਵਾਲਾਤ ਨੇ, ਮੇਰਾ ਖਿਆਲ ਹੈ ਕਿ ਮੈਂ ਸਮਝਾਂਗਾ ਕਿ ਜਿਹੜੇ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਦੀ ਕਿ ਉਹ ਸਵਾਲ ਕਰ ਸਕਣ, ਉਹਨਾਂ ਨੂੰ ਮੈਂ ਪਹਿਲਾਂ ਹੀ ਸੱਦਾ ਦੇ ਦਿੰਦਾ ਕਿ ਤੁਸੀਂ ਡਾਕਟਰ ਸਾਹਿਬ ਨਾਲ ਕੋਈ ਵੀ ਆਪਣੀ ਕਿਸੇ ਵੀ ਪ੍ਰੋਬਲਮ ਦੇ ਉੱਤੇ ਕੋਈ ਕੁਐਸਚਨ ਕਰਨਾ, ਕੋਈ ਸਵਾਲ ਕਰਨਾ, ਤੁਸੀਂ ਕਾਲ ਕਰ ਸਕਦੇ ਹੋ ਸਾਨੂੰ 7187865222 ਦੇ ਉੱਤੇ, 7182 ਦੇ ਉੱਤੇ ਕਾਲ ਕਰ ਸਕਦੇ ਹੋ। ਔਰ ਜੇਕਰ ਤੁਹਾਡੀ ਕਾਲ ਇੱਥੇ ਸਾਨੂੰ ਨਹੀਂ ਲੱਗ ਸਕਦੀ ਤਾਂ ਡਾਕਟਰ ਇਫਤਕਾਰ ਚੌਧਰੀ ਦੇ ਨੰਬਰ ਵਗੈਰਾ ਤੌਰ ਦੇ ਉੱਤੇ ਸਕਰੀਨ ਦੇ ਉੱਤੇ ਆ ਰਹੇ ਨੇ, ਔਰ ਜੇਕਰ ਉੱਥੇ ਕੋਈ ਫੋਨ ਨਹੀਂ ਚੱਕਦਾ ਤੁਸੀਂ ਆਪਣਾ ਟੈਲੀਫੋਨ ਨੰਬਰ 7183963600 ਦੇ ਉੱਤੇ ਆਪਣਾ ਨੰਬਰ ਛੱਡੋ, ਔਰ ਬਕਾਇਦਾ ਤੌਰ 'ਤੇ ਡਾਕਟਰ ਚੌਧਰੀ ਤੁਹਾਡੀ ਸਮੱਸਿਆ ਨੂੰ ਖੁਦ ਜਾਣਨ ਵਾਸਤੇ ਤੁਹਾਨੂੰ ਆਪ ਬਕਾਇਦਾ ਤੌਰ ਦੇ ਉੱਤੇ ਫੋਨ ਕਰਨਗੇ। ਸੋ ਡਾਕਟਰ ਚੌਧਰੀ, ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਮੈਡੀਕਲ ਦੇ ਹਿਸਾਬ ਦੇ ਨਾਲ, ਕਿਉਂਕਿ ਮਸਲਾ ਇਸ ਗੱਲ ਦਾ ਕਿ ਇਹ ਕੋਈ ਸ਼ੋਅ ਨਹੀਂ ਹੈ ਮੈਡੀਕਲ ਦਾ, ਮੈਡੀਕਲ ਦੇ ਸੰਬੰਧ 'ਚ ਗੱਲ ਕਰਨੀ ਹੈ, ਤਾਂ ਮੈਂ ਇਹ ਸਮਝਦਾ ਹੁੰਦਾ ਕਿ ਇਹ ਕੋਈ ਸ਼ੋਅ ਨਹੀਂ ਹੈ। ਇਹ ਤਾਂ ਹਰ ਧਾਰਮਿਕ, ਕੋਈ ਹੋ ਸਕਦਾ ਬੰਦਾ, ਕੋਈ ਆਰਟਿਸਟ ਹੋ ਸਕਦਾ, ਕੋਈ ਮਜ਼ਦੂਰ ਹੋ ਸਕਦਾ, ਕੋਈ ਇੰਡਸਟਰੀਅਲਿਸਟ ਹੋ ਸਕਦਾ, ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ। ਔਰ ਮੈਂ ਸਮਝਾਂਗਾ ਕਿ ਇਹ ਜਿਹੜਾ ਵਿਹੜਾ, ਜਿਹੜੀ ਇਹ ਜਗ੍ਹਾ ਹੈਗੀ ਹੈ, ਇਹ ਛੋਟੀਆਂ ਛੋਟੀਆਂ ਜ਼ਿੰਦਗੀ ਦੀਆਂ ਜਿਹੜੀਆਂ ਪ੍ਰੋਬਲਮਸ, ਜਿਹੜੀਆਂ ਵੱਡੀਆਂ ਸਮੱਸਿਆਵਾਂ ਦੇ ਵਿੱਚ ਤਬਦੀਲ ਹੁੰਦੀਆਂ ਨੇ, ਉਹਨਾਂ ਨੂੰ ਡਿਸਕਸ ਕਰਨ ਦਾ ਇੱਕ ਜ਼ਰੀਆ। ਜੀ ਬਿਲਕੁਲ। ਹਾਂਜੀ, ਮੈਂ ਦੇਖਾਂਗਾ ਕਿ ਅੱਜ ਬਹੁਤ ਭੱਜ ਦੌੜ ਵਾਲੀ ਜ਼ਿੰਦਗੀ ਹੈ, ਔਰ ਅੱਜ ਅਮਰੀਕਾ ਵਰਗੇ ਮੁਲਕ ਦੇ ਵਿੱਚ ਰਹਿ ਕੇ, ਕੈਨੇਡਾ ਵਰਗੇ ਮੁਲਕ ਦੇ ਵਿੱਚ ਰਹਿ ਕੇ ਤੁਸੀਂ ਜੇਕਰ ਕੰਮ ਦੇ ਉੱਤੇ ਨਹੀਂ ਜਾਂਦੇ ਤਾਂ ਤੁਹਾਨੂੰ ਰੋਟੀ ਨਹੀਂ ਮਿਲਦੀ, ਤੁਹਾਡੇ ਘਰ ਦੇ ਬਿੱਲ ਨਹੀਂ ਚੱਲਦੇ, ਔਰ ਹਰ ਇੱਕ ਬੰਦਾ ਚਾਹੁੰਦਾ ਕਿ ਮੇਰੀ ਆਹ ਪ੍ਰੋਬਲਮ ਹੈ, ਮੈਂ ਬਿਮਾਰ ਹੈ, ਮੈਂ ਥੱਕਿਆ, ਟੁੱਟਿਆ, ਪਰ ਇਸ ਮਸਲੇ ਨੂੰ ਮੈਂ ਐਲੀਓਪੈਥੀ ਦਵਾਈਆਂ ਦੇ ਨਾਲ ਇੱਕਦਮ ਠੀਕ ਕਰਨਾ ਤਾਂ ਜੋ ਕਿ ਮੈਂ ਸਵੇਰੇ ਸਵੇਰੇ ਕੰਮ ਦੇ ਉੱਤੇ ਜਾ ਸਕਾਂ। ਪਰ ਉਹਦੇ ਮਨ ਦੇ ਵਿੱਚ ਮਨਸ਼ਾ ਹੀ ਹੁੰਦੀ ਹੈ ਕਿ ਇਹਦਾ ਲੰਬਾ ਅਤੇ ਪ੍ਰੋਪਰ ਇਲਾਜ ਕਰਨ ਵਾਸਤੇ ਮੈਂ ਜਿਹੜੀਆਂ ਚੀਜ਼ਾਂ ਇੰਟਰਨਲ ਨੁਕਸਾਨ ਲੰਬਾ ਸਮਾਂ ਨਹੀਂ ਪਹੁੰਚਾਉਂਦੀਆਂ, ਹਰਬਲ ਜਾਂ ਹੋਮਿਓਪੈਥੀ, ਬਿਲਕੁਲ ਉਹਨਾਂ ਚੀਜ਼ਾਂ ਨੂੰ ਵੀ ਅਡੋਪਟ ਕਰਾਂ। ਜੀ ਬਿਲਕੁਲ। ਮੈਂ ਅੱਜ ਤੁਹਾਡੇ ਕੋਲ ਇੱਕ ਅਹਿਮ ਸਵਾਲ ਪੁੱਛਣਾ ਚਾਹਾਂਗਾ ਕਿ ਐਲੀਓਪੈਥੀ ਦੇ ਨਾਲ ਹੋਮਿਓਪੈਥੀ ਵਰਤੀ ਜਾ ਸਕਦੀ ਹੈ, ਜੇ ਵਰਤੀ ਜਾ ਸਕਦੀ ਤਾਂ ਕਿਵੇਂ ਵਰਤੀ ਜਾ ਸਕਦੀ? ਜੀ ਬਿਲਕੁਲ, ਬਹੁਤ ਅੱਛਾ ਕੁਐਸਚਨ ਕੀਤਾ, ਔਰ ਇਹ ਕਾਫੀ ਬੰਦਿਆਂ ਦਾ ਸਵਾਲ ਹੁੰਦਾ ਹੈ, ਔਰ ਉਹ ਬੜੇ ਕਾਫੀ ਇਸ ਪ੍ਰੋਬਲਮ 'ਚ ਹੁੰਦੇ ਆ ਕਿ ਬਈ ਅਸੀਂ ਐਲੋਪੈਥਿਕ ਦਵਾਈਆਂ ਖਾ ਰਹੇ ਹਾਂ ਅਤੇ ਕਿਸ ਤਰ੍ਹਾਂ ਅਸੀਂ ਹੋਮਿਓਪੈਥਿਕ ਅਤੇ ਹਰਬਲ ਦਵਾਈਆਂ ਨੂੰ ਸ਼ੁਰੂ ਕੀਤਾ ਜਾਏ, ਅਤੇ ਉਹਦਾ ਇੱਕ ਸਿੰਪਲ ਜਿਹਾ ਤਰੀਕਾ ਹੈ ਕਿ ਤੁਸੀਂ ਆਪਣੇ ਡਾਕਟਰ ਕੋਲ ਜਾਣਾ, ਚੈੱਕਅਪ ਉੱਥੇ ਕਰਾਉਣੇ ਨੇ ਸਾਰਾ ਕੁਝ, ਔਰ ਜਿਹੜੀਆਂ ਅੰਗਰੇਜ਼ੀ ਦਵਾਈਆਂ ਖਾ ਰਹੇ ਹੋ, ਅਗਰ ਤੁਸੀਂ ਲੈਸੀ ਡਾਇਬੈਟਿਕ ਹੈ ਫਾਰ ਐਗਜ਼ਾਮਪਲ, ਸ਼ੂਗਰ ਦੀ ਦਵਾਈ ਹੈ ਉਹ ਬੰਦਾ ਖਾ ਰਿਹਾ, ਇਨਸੁਲਿਨ ਲੈ ਰਿਹਾ ਜਾਂ ਟੈਬਲੇਟ ਲੈ ਰਿਹਾ ਡਾਕਟਰ ਕੋਲੋਂ, ਤੁਸੀਂ ਹੋਮਿਓਪੈਥਿਕ ਦਾ ਜਿਹੜਾ ਫਾਰਮੂਲਾ ਸਾਡਾ ਸੁਪਰ ਡਾਇਬੈਟਿਕ ਫਾਰਮੂਲਾ, ਜਿਹੜੇ ਹਜ਼ਾਰੋਂ ਸਾਡੇ ਪੇਸ਼ੈਂਟ ਨੇ ਜਿਹੜੇ ਹੋਮਿਓਪੈਥਿਕ ਦੇ, ਉਹ ਇਹ ਯੂਜ਼ ਕਰ ਰਹੇ ਆ, ਔਰ ਆਪਣੇ ਡਾਕਟਰ ਕੋਲ ਜਾਂਦੇ ਆ, ਚੈੱਕਅਪ ਉੱਥੇ ਕਰਾਉਂਦੇ ਆ, ਦਵਾਈ ਇਹ ਖਾਂਦੇ ਆ। ਅੱਛਾ, ਅਤੇ ਉਹਦਾ ਕੀ ਤਰੀਕਾ ਹੋਏਗਾ ਕਿ ਤੁਸੀਂ ਆਪਣੀ ਇਹਦੇ 'ਤੇ ਡਿਪੈਂਡ ਕਰਦਾ ਤੁਹਾਡੀ ਕਿੰਨੀ ਡਾਇਬੈਟਿਕ ਜ਼ਿਆਦਾ, ਤੁਹਾਡੀ ਬਲੱਡ ਸ਼ੂਗਰ ਬਹੁਤ ਹਾਈ ਹੈ ਜਾਂ ਘੱਟ ਹੈ ਜਾਂ ਜੇ ਸਟਾਰਟ ਹੋ ਰਹੀ ਹੈ, ਜਿਹੜੇ ਸਟਾਰਟ ਹੋ ਰਹੀ ਹੈ ਜਾਂ ਜਿਨ੍ਹਾਂ ਦੀ ਥੋੜ੍ਹੀ ਬਹੁਤ ਸ਼ੂਗਰ ਹੈ, ਉਹ ਆਪਣੀ ਅੰਗਰੇਜ਼ੀ ਦਵਾਈ ਛੱਡ ਕੇ ਔਰ ਹੋਮਿਓਪੈਥਿਕ ਦੀ ਹਰਬਲ ਦੀ ਦਵਾਈ ਸ਼ੁਰੂ ਕਰਕੇ ਇੱਕ ਦੋ ਦਿਨਾਂ 'ਚ ਹੀ ਆਪਣਾ ਚੈੱਕ ਕਰਦੇ ਹੈ, ਬਲੱਡ ਸ਼ੂਗਰ ਚੈੱਕ ਕਰਨ ਕੇ ਬਈ ਕਿੰਨਾ ਫਰਕ ਪੈ ਰਿਹਾ, ਉਹਨਾਂ ਦਾ ਦਿਨਾਂ 'ਚ ਹੀ ਫਰਕ ਪੈਣਾ ਸ਼ੁਰੂ ਹੋ ਜਾਏਗਾ, ਅਤੇ ਫਿਰ ਤੁਸੀਂ ਦੇਖਦੇ ਹੋ ਕਿ ਤੁਹਾਡੀ ਸ਼ੂਗਰ ਸਹੀ ਜਾ ਰਹੀ ਹੈ, ਅਤੇ ਫਿਰ ਤੁਸੀਂ ਆਪਣੀ ਐਲੋਪੈਥਿਕ ਦੀ ਦਵਾਈ ਨਾ ਬੰਦ ਕਰ ਦਿਉ, ਮਤਲਬ ਕੰਟੀਨਿਊ ਉਹਦੇ ਨਾਲ ਨਾਲ ਲੈਂਦੇ ਰਹੋ। ਹਾਂ, ਨਾਲ ਨਾਲ ਲੈਂਦੇ ਰਹੋ। ਹਾਂਜੀ, ਔਰ ਇਹਦਾ ਜਿਹੜਾ ਹੁਣ ਜਿਸ ਤਰ੍ਹਾਂ ਇਹ ਉਹ ਲੋਕ ਸੀ ਜਿਨ੍ਹਾਂ ਦੀ ਪ੍ਰੀ ਡਾਇਬੈਟਿਕ ਸੀ ਜਾਂ ਥੋੜ੍ਹੀ ਬਹੁਤ ਸ਼ੂਗਰ ਸੀ, ਹੁਣ ਜਿਨ੍ਹਾਂ ਦੀ ਜ਼ਿਆਦਾ ਸ਼ੂਗਰ ਹੈ, ਅਤੇ ਉਹਨਾਂ ਦੀ ਕੀ ਕਰਨਾ ਕਿ ਤੁਸੀਂ ਆਪਣੀ ਦਵਾਈ ਦਾ ਜਿਹੜਾ ਡਾਕਟਰ ਨੇ ਦਵਾਈ ਦਿੱਤੀ ਹੈ ਉਹਦਾ ਡੋਜ਼ ਘੱਟ ਕਰ ਦਿਉ, ਔਰ ਆਪਣੀ ਜਿਹੜੀ ਹੋਮਿਓਪੈਥਿਕ ਹਰਬਲ ਦਵਾਈ ਸ਼ੁਰੂ ਕਰ ਦਿਉ, ਔਰ ਆਪਣਾ ਚੈੱਕ ਕਰਦੇ ਰਹੋ,
और उस हिसाब नाल स्लोली स्लोली फिर उन्होंने टेपर ऑफ कर दो। ऐसे तो नहीं दूजिया दवाइया का भी है, ब्लड प्रेशर की है, कोलेस्ट्रोल है, एलर्जी है, या मतलब जॉइंट पेन ने या दर्दा दवाइया खा रहे हैं, तो वह दवाइया तुसी नाल नाल खा सकते हो और यह शुरू कर सकते हो और आस्ते आस्ते जितनी थोड़ी मतलब रिजल्ट आता है उस हिसाब नाल डॉक्टर भी खुद चैक करेगा, तुहानू अच्छा फील करेगा, तो इस तरह तुसी इस्तेमाल कर सकते। आम तौर पर हरेक घर की यह समस्या है कि अज की तरीक के लोगों को एक्सरसाइज का टाइम नहीं है, जिम 100% नहीं ज्वाइन किए हो, एक्सरसाइज 5% करते हैं जी। बहुत वड्डी समस्या जिहड़ी है वो लेडीज़ दे विच भी है, आम तौर दे उत्ते घरां नूं घरां दे विच देखण नूं मिली है, जेकर किसी नूं थोड़ी जी भी डायबिटी है जां कई नहीं भी डायबिटी, उन्हां नूं इह हुंदा, डायबिटी वाले लोगों नूं इह हुंदा कि उन्हां दे जिहड़े हत्थ है उन्हां दे पोटे जिहड़े सौं जांदे ने उह बर्न करदे ने, जिन्ना चिर उह दिन दे विच चलदे ने उन्ना चिर ठीक है, रात नूं सौण वेले उन्हां दे पैर जिहड़े ने उन्हां दे विचों अग निकलदी है बर्न करदे ने उह सौ नहीं सकदे। इस तरह दीआं समस्यावां नाल निजिठण लई की करना चाहिए? बिल्कुल है, इह वी है, इह शो कर रहे कि तुहाडी अनकंट्रोल डायबिटिक है, डायबिटिक तुहाडी ज़्यादा दवाई जी खा भी रहे हो लेकिन फिर तुसी होर चीज़ा ऐसा खा रहे हो जिदे विच ड्रिंक्स वगैरह भी आ जाते हैं, फ्रूट्स आ जाते हैं, लोग समझते फ्रूट चंगी गल है, डॉक्टर भी तुहानू कहिंदे फ्रूट खाया करो, और तुहानू अगर शुगर है अगर फिर दवाई खानी पेगी तुहानू अगर तुसी फ्रूट खाओगे, तो अगर तुसी फ्रूट खा के बगैर बंदा गुजारा कर सकता है, लेकिन अगर शुगर तुहाडी कंट्रोल है, शुगर एक ऐसी बीमारी है इनू बीमारी कहना भी सही नहीं, क्योंकि अगर तुहाडी शुगर कंट्रोल च है ना तो तुहानू कोई बीमारी नहीं, नॉट एट ऑल, कोई प्रॉब्लम नहीं हो सकता, अगर तुहाडी शुगर कंट्रोल च नहीं है तो फिर सारिया बीमारियां ने, समझ गया ना, वो जड़ है शुगर जी वो बीमारियां, बिल्कुल वो तुहाडी सर्कुलेशन में इफेक्ट करेगी, हुण जिहड़ी मतलब हत्थां विच नमनेस होना यह शो कर रहे तुहाडी ब्लड सर्कुलेशन द प्रॉब्लम है, नर्वस सिस्टम द प्रॉब्लम है, अगर बहुत ज़्यादा अरसे तक डायबिटिक जिहड़ी है कंट्रोल च ना रहे तो वह फिर नर्व डैमेज भी हो जाए, फिर तुहानू महसूस भी नहीं होंदा कि तुहानू ठंड लग रही है, पैरां च बिल्कुल महसूस नहीं होंदा, कई बंदियां नूं इन्नी शुगर होंदी है और वह अपना परहेज भी नहीं करते, दवाई भी नहीं खाते, तो वह पैरां च इन्नी तकलीफ हो जाती है, कई नूं जख्म हो जाते, ठीक नहीं होंदे, हीलिंग जिन्हों गैंगरेन कहिंदे ने, बिल्कुल वह फिर हाथ पैर जिहड़े कटने पैंदे ने, क्योंकि इन्ना मतलब ब्लड फ्लो जिहड़ा है वह नहीं हो रहा होंदा, और लॉन्ग टाइम अगर इस तरह होवे तो जाहिर है फिर एक तुहाडे वह हिस्सा डेड हो जाता है, तो उन्होंने फिर कटना ही पैदा, अदरवाइज तो होर टॉक्सिन बॉडी जा सकते और तो पूरी जिंदगी खतरा हो सकता जी। डॉक्टर साहब एक मैं होर तुहाडे कोलों पुछना चाहवांगा कि 45 साल तो उपर अक्सर बंदे जिहड़े ने ओह ये प्रॉब्लम नू करदे ने 45-50 साल तो बाद कि उन्हां नू अर्निया दी प्रॉब्लम है जी, ये अर्निया वगैरह दी प्रॉब्लम जिहड़ी है ये भी रिलेटेड तुहाडी शुगर दे नाल ही हुंदी है जां कि इस ते डिफरेंट अफेक्ट्स ने? यह अगर जरा पेट का हरनिया हों ज़्यादातर थोड़ा वेट की वजह न या डायजेस्टिव ट्रबल की वजह न हों, अगर थोड़ा कब्ज़ रही है ज़्यादा प्रैशर पैदा उस एरिए या फिर तुम ज़्यादा खड़े रेंदे हो, समझ गए ना, खलो खलो के भी थोड़ी बॉडी का जोड़ा हिस्सा जोड़ा पूरा लटक जाता है और उन्होंने मसल भी जोड़े कमज़ोर होंगे है, यह सारिया वजूहत ने, तो यह बहुत अच्छा इलाज है, डिपेंड करता है कि किस स्टेज पर है। हुण अनफॉर्चुनेटली ज़्यादातर यह होंगे कि शुरू च लोग होम्योपैथिक हर्बल जे लोग जानते हैं वो तो शुरू तो ही उन्होंने फस्ट प्रैफरेंस ही यही होंगे कि होम्योपैथिक हर्बल खाया जाए, लेकिन जेड़े लोगों को नहीं पता होम्योपैथिक हर्बल का या ट्राई नहीं किया होता वो दूजे इलाज करा रहे होंगे है और जो फिर डॉक्टर जवाब दे चुके होंगे है फिर वो कहते हैं जी वो डॉक्टर चौधरी को कॉल करो जी, अक्सर सानू एक दो पेशेंट इस तरह के रोज़ आते हैं कि जेडे कि मतलब आखिरी स्टेज पर होंगे है या फिर उन्हों का इलाज जेड़ा इतना मतलब बहुत वधिया हो चुकिया होंगे कि इलाज करना मुमकिन नहीं होंगे, तो इस वास्ते हुण हरनिया एकदम नहीं होंदा या कोई भी बीमारी है अगर तुसी उधर राइट अवे मतलब तुसी उधर इलाज करो तो वह ज़्यादा जल्दी ठीक हो सकता है। उसकी मिसाल मैं इस तरह दांगा, साडे व्यूअर ने काफ़ी जेडे कि ट्रक ड्राइवर ने या गड्डियां चलांदे ने उसकी मिसाल मैं इस तरह ही दांगा कि अगर गड्डी है तुहाडे टायर जे थोड़ी जी हवा निकलना शुरू हो जाए मामूली जहाँ कई दफ़ा होंगे तो पता भी नहीं लगता पंचर कहो कि चलते रहो चलते रहो, अगर उन्होंने उत्थ पंचर लवा लो तो थोड़ा वो सारा कुछ सेफ हो सकता है, और अगर तुम उस तरह चलते रहोगे तो इन्ना भी कई लोग देखते हो कि टायर पंचर भी हो जाता है फिर भी चली जाते हैं, टायर भी उड़ जाता है, स्टपनी भी उड़ जाती है, तो कितना नुकसान हो गया, तो पूरा टायर नवा पाना पैंता है,
ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਅਤੇ ਹਿਊਮਨ ਬਾਡੀ ਵੀ ਤੁਹਾਡੀ ਮਸ਼ੀਨ ਹੈ ਸਮਝੋ, ਇੱਕ ਉਹਦਾ ਟੇਕ ਕੇਅਰ ਕਰੋ। ਇਸਦਾ ਹਰਬਲ ਜਾਂ ਹੋਮਿਓਪੈਥੀ ਦੇ ਵਿੱਚ ਕਿਸ ਤਰ੍ਹਾਂ ਦਾ ਇਲਾਜ ਹੈ? ਹਰਨੀਆ ਦਾ? ਹਾਂਜੀ ਹਾਂ, ਉਹਦਾ ਡਿਪੈਂਡ ਕਰਦਾ ਕਿ ਕਿੰਨੇ ਸਟੇਜ 'ਤੇ ਹੈ ਤੁਹਾਡਾ। ਅਗਰ ਬਹੁਤ ਜ਼ਿਆਦਾ ਹੈ, ਅਗਰ ਜਿਸ ਤਰ੍ਹਾਂ ਖੁਦਾ ਨਾ ਖਾਸਤਾ ਪੂਰਾ ਨਿਕਲ ਆਇਆ ਤਾਂ ਫਿਰ ਤਾਂ ਓਪਰੇਸ਼ਨ ਹੀ ਹੋਏਗਾ। ਔਰ ਅਸੀਂ ਦੇਖੋ ਹੋਮਿਓਪੈਥਿਕ, ਮੇਰੇ ਵਾਈਫ ਨੇ ਉਹ ਨਿਊਰੋਲੋਜਿਸਟ ਨੇ, ਡਾਕਟਰ ਨੇ, ਮੈਂ ਹੋਮਿਓਪੈਥ ਔਰ ਹਰਬਲ ਦਾ ਮਾਹਿਰ ਹਾਂ, ਅਤੇ ਅਸੀਂ ਜਿਹੜਾ ਨਾ ਪੇਸ਼ੈਂਟ ਨੂੰ ਰਾਈਟ ਮਸ਼ਵਰਾ ਦਿੰਦੇ ਹਾਂ ਕਿ ਕਿਹੜਾ ਇਲਾਜ ਉਹਦੇ ਵਾਸਤੇ ਚੰਗਾ ਹੈ। ਇਹ ਨਹੀਂ ਹੈ ਕਿ ਹੋਮਿਓਪੈਥਿਕ ਚੰਗੀ ਨਹੀਂ ਅਤੇ ਐਲੋਪੈਥਿਕ ਚੰਗੀ ਨਹੀਂ, ਅਸੀਂ ਇਸ ਚੱਕਰ 'ਚ ਨਹੀਂ ਪੈਂਦੇ। ਸਾਡਾ ਮਕਸਦ ਹੁੰਦਾ ਕਿ ਮਰੀਜ਼ ਨੂੰ ਠੀਕ ਕਰਨਾ, ਉਹ ਜਿਹਦੇ ਨਾਲ ਠੀਕ ਹੋਵੇ। ਅਗਰ ਉਹਨੂੰ ਆਪਰੇਸ਼ਨ ਦੀ ਜ਼ਰੂਰਤ ਹੈ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਆਪਰੇਸ਼ਨ ਕਰਾਓ। ਅਗਰ ਇਨਫੈਕਸ਼ਨ ਹੈ ਤਾਂ ਉਹਨੂੰ ਐਂਟੀਬਾਇਓਟਿਕ ਖਾਣੇ ਨੇ, ਸਮਝ ਗਏ ਨਾ। ਲੇਕਿਨ ਅਗਰ ਇਸ ਤਰ੍ਹਾਂ ਦੀ ਕੋਈ ਹੋਰ, ਜਿਸ ਤਰ੍ਹਾਂ ਹੁਣ ਮਾਈਗ੍ਰੇਨ ਹੈਡਿਕਸ ਨੇ ਜਾਂ ਪੇਨ ਹੈ, ਪੇਨ ਕਿਲਰ ਖਾ ਕੇ ਐਲੋਪੈਥਿਕ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੇ ਨੇ, ਅਤੇ ਉਹਦਾ ਫਿਰ ਹੋਮਿਓਪੈਥਿਕ 'ਚ ਇਲਾਜ ਹੈ। ਮਤਲਬ ਹਰ ਬਿਮਾਰੀ ਦਾ, ਹਰ ਸਿਸਟਮ ਵਿੱਚ ਇਲਾਜ ਪਰਫੈਕਟ ਨਹੀਂ ਹੈ, ਅਤੇ ਅਸੀਂ ਇਹ ਡਿਸਾਈਡ ਕਰਦੇ ਹਾਂ ਕਿ ਅਗਰ ਕੋਈ ਵੀ ਪੇਸ਼ੈਂਟ ਹੁੰਦਾ, ਮਰੀਜ਼ ਹੁੰਦਾ, ਉਹਨੂੰ ਦੱਸੀਦਾ ਕਿ ਤੁਹਾਡਾ ਇਹ ਪ੍ਰੋਬਲਮ ਹੈ ਅਤੇ ਇਹਦਾ ਹੱਲ ਇਸ ਤਰ੍ਹਾਂ ਹੋਏਗਾ, ਚਾਹੇ ਤੁਹਾਨੂੰ ਵਿਟਾਮਿਨ ਦੇ ਕੇ ਹੋਏਗਾ ਜਾਂ ਉਹਨਾਂ ਨੂੰ ਹਰਬਲ ਮੈਡੀਸਨ ਦੇ ਕੇ ਹੋਏਗਾ ਜਾਂ ਹੋਮਿਓਪੈਥਿਕ ਹੋਏਗਾ ਜਾਂ ਫਿਰ ਐਲੋਪੈਥਿਕ ਦਵਾਈ ਦੇਣੀ ਪਏਗੀ ਜਾਂ ਉਹਨਾਂ ਨੂੰ ਐਮਰਜੈਂਸੀ ਭੇਜਣਾ ਪਏਗਾ, ਅਸੀਂ ਇਹ ਕਰਦੇ ਹਾਂ। ਹੁਣ ਅਕਸਰ ਦੇਖਿਆ ਗਿਆ ਜਿਹੜੇ ਹੋਮਿਓਪੈਥ ਡਾਕਟਰ ਨੇ, ਸਿਰਫ ਉਹ ਹੋਮਿਓਪੈਥ ਨੂੰ ਜਾਣਦੇ ਨੇ, ਹੋਮਿਓਪੈਥਿਕ ਮੈਡੀਸਨ ਨੂੰ। ਔਰ ਅਕਸਰ ਸਾਡੇ ਮੁਲਕਾਂ ਵਿੱਚ ਉਹ ਬੰਦੇ ਜਿਹੜੇ ਨੇ, ਹੁਣ ਕਿਤਨੇ ਲੋਕ ਨੇ ਜਿਹੜੇ ਹੋਮਿਓਪੈਥਿਕ ਨੂੰ ਲੋਕ ਸਮਝਦੇ ਨੇ ਕਿ ਨਹੀਂ ਅੱਛੀ ਦਵਾਈ ਨਹੀਂ, ਮਤਲਬ ਬੰਦੇ ਨੂੰ ਆਰਾਮ ਨਹੀਂ ਆਉਂਦਾ, ਉਹ ਉਹਨਾਂ ਨੂੰ ਬੈਠ ਆਪਣੇ ਮੁਲਕਾਂ 'ਚ ਐਕਸਪੀਰੀਅੰਸ ਹੁੰਦੇ ਨੇ ਇਸ ਤਰ੍ਹਾਂ ਦੇ। ਹੁਣ ਹੋਮਿਓਪੈਥਿਕ ਡਾਕਟਰ ਕੋਲ ਤੁਸੀਂ ਚਲੇ ਗਏ, ਉਹ ਬੰਦੇ ਨੂੰ ਹਾਰਟ ਦਾ ਪ੍ਰੋਬਲਮ ਹੋ ਰਿਹਾ, ਹਾਰਟ ਅਟੈਕ ਹੋ ਰਿਹਾ ਜਾਂ ਕੁਝ ਹੋਰ ਇਸ ਤਰ੍ਹਾਂ ਦੀ ਸੀਰੀਅਸ ਪ੍ਰੋਬਲਮ, ਉਹ ਹੋਮਿਓਪੈਥਿਕ ਕੋਲ ਲੈ ਗਏ, ਅਤੇ ਉਹ ਆਪਣੇ ਹੋਮਿਓਪੈਥਿਕ ਜੀ ਕਹੇਗਾ ਜੀ ਇਹ ਮੈਂ ਇਹ ਦਵਾਈ ਦਾਂਗਾ ਅਤੇ ਇਹਦੇ ਨਾਲ ਹੀ ਬੰਦਾ ਠੀਕ ਹੋਏਗਾ, ਪਰ ਇਟਸ ਨਾਟ ਟਰੂ। ਉਹਨੂੰ ਚਾਹੀਦਾ ਕਿ ਉਹ ਤੁਸੀਂ ਡਾਕਟਰ ਕੋਲ ਭੇਜੇ, ਉਹਨੂੰ ਐਮਰਜੈਂਸੀ 'ਚ ਭੇਜੇ ਤਾਂ ਕਿ ਉਹਦਾ ਪ੍ਰੋਪਰ ਇਲਾਜ ਹੋਏ। ਇਸੇ ਤਰ੍ਹਾਂ ਹੀ ਮਤਲਬ ਪ੍ਰੋਪਰ ਇਲਾਜ ਹੋਣਾ ਚਾਹੀਦਾ, ਔਰ ਹਰ ਜਿਹੜੀ ਸਿਸਟਮ ਆਫ ਦਾ ਮੈਡੀਸਨ ਹੈ, ਹੁਣ ਅਸੀਂ ਜਿਹੜਾ ਨਿਊਟ੍ਰੀਸ਼ਨਲ ਸਪਲੀਮੈਂਟ ਵੀ ਦਿੰਦੇ ਹਾਂ, ਹਰਬਲ ਵੀ ਦਿੰਦੇ ਹਾਂ, ਵਾਈਟਾਮਿਨ ਔਰ ਖਾਣੇ ਪੀਣੇ ਦੇ ਬਾਰੇ 'ਚ ਵੀ ਦੱਸਦੇ ਹਾਂ, ਔਰ ਹੋਮਿਓਪੈਥਿਕ ਦਵਾਈ ਵੀ ਦਿੰਦੇ ਹਾਂ, ਸਿਰਫ ਉਹ ਮਿੱਠੀਆਂ ਗੋਲੀਆਂ ਨਾਲ ਵੀ ਕੰਮ ਨਹੀਂ ਚੱਲਦਾ। ਰਾਈਟ, ਮੈਂ ਇੱਕ ਸਵਾਲ ਹੋਰ ਕਰਾਂਗਾ। ਅੱਜ ਦੀ ਤੇਜ਼ ਦਰਾਟ ਜ਼ਿੰਦਗੀ ਤੋਂ ਮੈਂ ਗੱਲ ਸ਼ੁਰੂ ਕੀਤੀ ਸੀ, ਬਹੁਤ ਥਾਵਾਂ ਦੇ ਉੱਤੇ ਮੈਂ ਦੇਖਿਆ ਕਿ ਅੱਜ ਦੀ ਤਰੀਕ ਦੇ ਵਿੱਚ ਲੋਕਾਂ ਦੇ ਵਿੱਚ ਮਾਨਸਿਕ ਤਣਾਅ ਹੈ ਜੀ। ਮਾਨਸਿਕ ਤਣਾਅ ਜਿਹੜਾ ਹੈ ਉਹ ਆਰਥਿਕਤਾ ਦਾ ਵੀ ਹੁੰਦਾ, ਵੋਟਾਂ ਦਾ ਵੀ ਹੁੰਦਾ, ਔਰ ਬਹੁਤੇ ਥਾਵਾਂ ਦੇ ਉੱਤੇ ਦੇਖਣ ਦੇ ਵਿੱਚ ਇਹ ਆਇਆ ਕਿ ਕਈ ਵਾਰੀ ਬੱਚੇ ਜਿਹੜੇ ਨੇ ਉਹਨਾਂ ਨੂੰ, ਜਿਹੜੇ ਬੱਚੇ ਜੰਮਣ ਵਾਲੇ ਹੁੰਦੇ ਨੇ, ਉਹ ਪੇਰੈਂਟਸ ਦੇ ਜੰਮਣ ਵਾਲੇ ਬੱਚਿਆਂ ਦੇ ਉੱਤੇ ਉਹ ਤਣਾਅ ਜਿਹੜਾ ਹੈ ਉਹ ਅਫੈਕਟ ਕਰਦਾ ਜੀ ਬਿਲਕੁਲ, ਜਾਂ ਉਹਨਾਂ ਦੀਆਂ ਖਾਧੀਆਂ ਦਵਾਈਆਂ ਜਿਹੜੀਆਂ ਨੇ ਉਹ ਅਫੈਕਟ ਕਰਦੀਆਂ, ਔਰ ਕਈ ਥਾਵਾਂ ਦੇ ਉੱਤੇ ਬੱਚੇ ਉਦੋਂ ਪਤਾ ਲੱਗਦਾ 3-4 ਸਾਲ ਬਾਅਦ ਕਿ ਉਹ ਅਬਨੋਰਮਲ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਜੀ ਬਿਲਕੁਲ। ਇਸ ਸਮੱਸਿਆ ਨਾਲ ਨਜਿੱਠਣ ਵਾਸਤੇ ਅੱਜ ਦੀ ਇਸ ਭੱਜ ਦੌੜ ਅਤੇ ਟੈਕਨੀਕਲ ਜ਼ਿੰਦਗੀ ਦੇ ਵਿੱਚ ਕੀ ਸੁਝਾਅ ਦਿਓਗੇ? ਜੀ ਬਿਲਕੁਲ, ਉਹ ਦੇਖੋ ਜਦੋਂ ਤੁਸੀਂ ਪ੍ਰੈਗਨੈਂਸੀ ਹੁੰਦੀ ਹੈ, ਮਤਲਬ ਉਹੀ ਅਗੇਨ ਫਿਰ ਉਹੀ ਕੰਮ ਆ ਜਾਂਦਾ, ਦੌੜ ਭੱਜ ਨੂੰ ਰੋਕਣਾ ਹੈ ਤੁਸੀਂ, ਆਪਣੀ ਸਿਹਤ ਦੇ ਬਾਰੇ 'ਚ ਟਾਈਮ ਦੇਣਾ ਜੀ, ਕੰਮ ਮੁੱਕਦੇ ਨਹੀਂ। ਯੂਨੋ ਕਿਤਨੇ ਲੋਕ ਪੇਸ਼ੈਂਟ ਆਉਂਦੇ ਆ ਜੀ ਇਹ ਮੈਂ ਕਰ ਰਿਹਾ, ਇਹ ਕਰ, ਮੇਰੀ ਇੰਨੀਆਂ ਬਿਲਡਿੰਗਾਂ, ਇੰਨੇ ਬਿਜ਼ਨਸ, ਇੰਨੇ, ਬਈ ਤੂੰ ਆਪਣੇ ਬਾਰੇ 'ਚ ਵੀ ਤਾਂ ਸੋਚ ਕੇ, ਆਪਣੀ ਤੇਰੀ ਬਿਲਡਿੰਗ ਦਾ ਕੀ ਹਾਲ ਹੈ? ਰਾਈਟ 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 ਰਾਈਟ, ਐਵਰੀ ਡੇ ਮਤਲਬ ਇਸ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਨੇ ਜੀ, ਉਹ ਮੈਂ ਕੰਮ ਨਹੀਂ ਛੱਡ ਸਕਦਾ, ਉਹ ਬਸ ਕੰਮ ਕੁਝ ਨਹੀਂ ਕਰੀਦਾ, ਬਸ 20-25 ਸਟੋਰ ਨੇ ਉਹਨਾਂ ਨੂੰ ਬਸ ਚੱਕਰ ਲਾਈਦਾ, ਮਤਲਬ ਇਸ ਤਰ੍ਹਾਂ ਕਿਤਨੇ ਲੋਕ ਨੇ ਇਸ ਤਰ੍ਹਾਂ ਦੇ ਆਪਣੇ ਬਿਜ਼ਨਸ ਨੇ, ਲੇਕਿਨ ਉਹਨਾਂ ਨੂੰ ਸਟ੍ਰੈਸ ਤਾਂ ਹੈ ਨਾ। ਕੰਮ ਕਰਨੇ ਦਾ ਮਤਲਬ ਹੈ ਨਹੀਂ ਤੁਸੀਂ ਹਾਲ ਜਾ ਕੇ ਵਾਹਣਾ ਜਾਂ ਕਿ ਮਜ਼ਦੂਰੀ ਕਰਨੀ ਹੈ ਜਾਂ ਸਟੋਰ 'ਚ ਕੰਮ ਕਰਨਾ ਜਾ ਕੇ, ਤੁਹਾਡਾ ਜਿਹੜਾ ਕੰਮ ਹੈ ਉਹ ਸਟ੍ਰੈਸ ਦਾ ਕੰਮ ਹੈ। ਰਾਈਟ, ਤੁਸੀਂ ਹੁਣ ਹਰ ਜਗ੍ਹਾ ਸੋਚ ਰਹੇ ਹੋ, ਲੇਕਿਨ ਜਿਹੜਾ ਦਿਨ ਤੁਸੀਂ ਡੇ ਆਫ ਲੈਣਾ, ਔਰ ਇਸੇ ਤਰ੍ਹਾਂ ਔਰਤਾਂ ਦਾ ਵੀ ਇਹੀ ਹਾਲ ਹੈ, ਹਾਲਾਂਕਿ ਚੰਗੇ ਭਲੇ ਬਿਜ਼ਨਸਿਸ ਨੇ, ਐਵਰੀਥਿੰਗ ਇਜ਼ ਗੁੱਡ, ਲੇਕਿਨ ਉਹ ਈਵਨ ਪ੍ਰੈਗਨੈਂਸੀ ਹੈ ਤਾਂ ਵੀ ਕੰਮ ਕਰੀ ਜਾ ਰਿਹਾ, 7 ਦਿਨ ਕੰਮ ਕਰੀ ਜਾ ਰਿਹਾ, ਸਟ੍ਰੈਸ ਇੰਨਾ, ਟੈਨਸ਼ਨ ਇੰਨਾ, ਔਰ ਬੱਚਿਆਂ ਨੂੰ ਫਿਰ ਦੂਸਰੀ ਟਾਈਮ ਨਹੀਂ ਦੇਣਾ, ਇਹ ਬਹੁਤ ਵੱਡੀ ਸਮੱਸਿਆ ਹੈ, ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿ ਅਗਰ ਪ੍ਰੈਗਨੈਂਸੀ ਨੋਰਮਲ ਹੋ ਵੀ ਜਾਂਦੀ ਹੈ, ਬੱਚਾ ਠੀਕ ਹੈ, ਹੁਣ ਬੱਚੇ ਨੂੰ ਬੇਬੀ ਸਿਟਰ ਦੇ ਕੋਲ ਭੇਜਿਆ, ਉੱਥੇ ਹੋਰ 50 ਬੱਚੇ ਨੇ ਜਿਹੜੇ ਕਿ ਉਹਨਾਂ ਨੂੰ ਇਨਫੈਕਸ਼ਨ ਹੋਏ ਹੁੰਦੇ ਨੇ, ਬਿਮਾਰ ਹੋਏ ਹੁੰਦੇ ਨੇ, ਇਹ ਚੰਗਾ ਭਲਾ ਬੱਚਾ ਜਿਹੜਾ ਉੱਥੇ ਜਾ ਕੇ 2 ਘੰਟੇ ਉਹ ਸਾਰੀ ਬਿਮਾਰੀਆਂ ਲੈ ਆਉਂਦਾ, ਬੱਚੇ ਦਾ ਇਮਿਊਨ ਸਿਸਟਮ ਵੀਕ ਹੁੰਦਾ। ਮੈਂ ਅਕਸਰ ਕਹਿੰਦਾ ਕਿ ਬਈ ਤੁਸੀਂ ਆਪਣੀ ਮਤਲਬ ਮਦਰ ਨੂੰ ਟਾਈਮ ਦੇਣਾ ਚਾਹੀਦਾ ਬੱਚੇ ਦੇ ਨਾਲ, ਔਰ ਉਹਨੂੰ ਆਪਣੇ ਕੋਲ ਰੱਖਣਾ ਚਾਹੀਦਾ, ਉਹਦਾ ਪਿਆਰ ਮੁਹੱਬਤ, ਉਹਦੀ ਲਗਾਓ, ਉਹਦਾ ਅਟੈਚਮੈਂਟ ਹੁੰਦਾ। ਇੱਥੇ ਉਹ ਮਸ਼ੀਨ ਦੀ ਤਰ੍ਹਾਂ ਬਸ ਬੱਚਾ ਜਿਸ ਤਰ੍ਹਾਂ ਗੁੱਡੀ ਹੈ ਉਹਨੂੰ ਮਤਲਬ ਬੇਬੀ ਸਿਟਰ ਕੋਲ ਦੇ ਆਏ, ਸ਼ਾਮ ਨੂੰ ਜਾ ਕੇ ਲੈ ਆਏ, ਉਹਨੂੰ
रोटी पानी देता और रो रहा थे उन्हों फोन फड़ा देता और मतलब कार्टून देख ख्याल ही नहीं करती बच्चे अंदर राइट और इतना आजकल ह्यूमन इंटरेक्शन का इतना प्रॉब्लम है कि बच्चे जड़े ने अगर कार च कोई मेहमान आ जाता है तो वो बच्चे देख के उन्होंने डर गए भावे सोफे थले वड़ जाते हैं ਤੁਸੀਂ ਮਤਲਬ ਤੁਹਾਨੂੰ ਸ਼ਾਇਦ ਐਕਸਪੀਰੀਅੰਸ ਹੋਇਆ ਹੋਵੇ ਕਿ ਨਾ ਹੋਵੇ ਕਿਉਂਕਿ ਉਹਨਾਂ ਨੇ ਕਦੇ ਬੰਦਿਆਂ ਨਾਲ ਮਤਲਬ ਇੰਟਰੈਕਸ਼ਨ ਹੀ ਨਹੀਂ ਕੀਤਾ ਉਹ ਸਿਰਫ ਟੀ ਵੀ ਦੇ ਕਾਰਟੂਨ ਦੇਖਦੇ ਰਹਿੰਦੇ ਨੇ ਰਾਈਟ ਰਾਈਟ ਔਰ ਅਕਸਰ ਦੇਖਿਆ ਗਿਆ ਕਿ ਮਾਵਾਂ ਬਜ਼ਾਹਿਰ ਹੈ ਉਹ ਬਿਜ਼ੀ ਨੇ ਕੰਮ ਕਰਨੇ ਹੁੰਦੇ ਨੇ ਘਰ ਦੇ ਅਤੇ ਉਹ ਬੱਚੇ ਨੂੰ ਜੀ ਐ ਲੈ ਬੱਚਾ ਤੂੰ ਫੋਨ ਦੇ ਦਿੱਤਾ ਇੰਟਰਨੈਟ ਜਿਹਾ ਲਾ ਦਿੱਤਾ ਜਾਂ ਕਾਰਟੂਨ ਲਾ ਦਿੱਤੇ ਉਹਦੇ 'ਤੇ ਖੁਸ਼ ਨੇ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਆਮ ਆਮ ਤੌਰ ਦੇ ਉੱਤੇ ਮੈਂ ਸਮਝਾਂਗਾ 20-25 ਸਾਲ ਤੋਂ ਬਾਅਦ ਕਈ ਸਮੱਸਿਆਵਾਂ ਹੌਲੀ ਹੌਲੀ ਸ਼ੁਰੂ ਹੋ ਜਾਂਦੀਆਂ ਜਦੋਂ ਕਿ ਧਿਆਨ ਦੇਣ ਦੀ ਲੋੜ ਹੁੰਦੀ ਹੈ ਉਹ ਕਿਹੜੀਆਂ ਖਾਸ ਤੌਰ ਦੇ ਉੱਤੇ ਬਿਮਾਰੀਆਂ ਨੇ ਜਿਹੜੀਆਂ ਤੁਹਾਨੂੰ ਇਸ ਉਮਰ ਦੇ ਵਿੱਚ ਲਾਗੇ ਛਾਗੇ ਆਉਂਦੀਆਂ ਨੇ ਜਿਨ੍ਹਾਂ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਪਰ ਇਨ ਦਾ ਲੌਂਗ ਰਨ ਉਹ ਬੜੀਆਂ ਘਾਤਕ ਹੋ ਜਾਂਦੀਆਂ ਦੇਖਿਆ ਡਾਇਬੈਟਿਕ ਫਾਰ ਜਿਹੜਾ ਨਾ ਤੁਹਾਡਾ ਪ੍ਰੋਬਲਮ ਹੈ ਬਹੁਤ ਜ਼ਿਆਦਾ ਕਾਮਨ ਹੈ ਔਰ ਅੱਜ ਕੱਲ੍ਹ ਬੱਚਿਆਂ ਨੂੰ ਹੋ ਰਿਹਾ ਉਹਦੀ ਸਭ ਤੋਂ ਵੱਡੀ ਇੱਕ ਵਜ੍ਹਾ ਓਵਰ ਈਟਿੰਗ ਹੈ ਓਵਰਈਟਿੰਗ 5 ਸਾਲ ਦੀ ਬੱਚੀ ਨੂੰ ਬਹੁਤ ਵੱਡੇ ਪੱਧਰ ਤੇ ਡਾਇਬੀਟੀ ਦੇਖੀ ਹੈ ਹਾਂ ਓਵਰਈਟਿੰਗ ਹੈ ਔਰ ਉਸ ਤੋਂ ਇਲਾਵਾ ਫਿਰ ਉਹਨਾਂ ਦੇ ਸ਼ੂਗਰ ਦਾ ਜਿਹੜਾ ਜ਼ਿਆਦਾ ਇਸਤੇਮਾਲ ਹੈ ਔਰ ਐਕਟੀਵਿਟੀ ਨਹੀਂ ਹੈ ਹੁਣ ਬੱਚੇ ਵੀ ਨੇ ਜਿਹੜੇ ਉਹ ਕੰਪਿਊਟਰ ਤੇ ਬੈਠੇ ਨੇ ਇੰਟਰਨੈਟ ਤੇ ਬੈਠੇ ਨੇ ਐਕਟੀਵਿਟੀ ਨਹੀਂ ਉਹਨਾਂ ਦੀ ਤੇ ਔਰ ਅਕਸਰ ਲੋਕਾਂ ਨੂੰ ਡਾਇਬੀਟਿਕ ਲੋਕਾਂ ਨੂੰ ਸਾਲਾਂ ਸਾਲ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੂੰ ਡਾਇਬੀਟਿਕ ਹੈ ਉਹ ਇਕਦਮ ਹੀ ਜਦੋਂ 400-600 ਤੇ ਪਹੁੰਚਦੀ ਹੈ ਸ਼ੂਗਰ ਦੇ ਤਾਂ ਜਾ ਕੇ ਮਤਲਬ ਜਾਂ ਵੇਟ ਉਹਨਾਂ ਦਾ ਇਕਦਮ ਘੱਟ ਜਾਂਦਾ ਤੇ ਪਤਾ ਲੱਗਦਾ ਜੀ ਉਹ ਡਾਕਟਰ ਕੋਲ ਗਏ ਚੈੱਕਅਪ ਕੀਤਾ ਜੀ ਤੁਹਾਨੂੰ ਡਾਇਬੀਟੀਜ਼ ਹੈ ਤੇ ਇਹ ਪ੍ਰੋਪਰ ਚੈੱਕਅਪ ਹੋਣਾ ਚਾਹੀਦਾ ਤੁਹਾਡੇ ਬਲੱਡ ਪ੍ਰੈਸ਼ਰ ਦਾ ਅੱਛਾ ਬਲੱਡ ਪ੍ਰੈਸ਼ਰ ਹੈ ਇੱਕ ਆਮ ਹਰ ਇੱਕ ਬੰਦੇ ਨੂੰ ਇੱਥੇ ਬਲੱਡ ਪ੍ਰੈਸ਼ਰ ਹੈ ਤਕਰੀਬਨ ਔਰ ਉਹਦੀ ਇੱਕ ਬਹੁਤ ਹੀ ਸਿੰਪਲ ਵਜ੍ਹਾ ਹੈ ਕਿ ਅਗਰ ਤੁਸੀਂ ਨੀਂਦ ਨਹੀਂ ਕਰਦੇ ਪੂਰੀ ਮਤਲਬ ਹੈਰੀਡੀਟਰੀ ਫੈਕਟਰ ਹੋਰ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਹੁੰਦਾ ਹੈ ਮਾਂ ਬਾਪ ਦੀ ਵਜ੍ਹਾ ਨਾਲ ਉਹ ਇੱਕ ਅਲੱਗ ਕੇਸਿਸ ਨੇ ਥੋੜ੍ਹੀ ਪਰਸੈਂਟੇਜ ਹੈ ਉਹਨਾਂ ਦੀ ਲੇਕਿਨ ਅਕਸਰ ਜਿਹੜੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਉਹ ਨੀਂਦ ਨਾ ਕਰਨੇ ਦੀ ਵਜ੍ਹਾ ਨਾਲ ਹੈ ਨੀਂਦ ਅਗਰ ਤੁਸੀਂ ਨਹੀਂ ਕਰੋਗੇ ਤੁਸੀਂ ਅੱਜ ਚੈੱਕ ਕਰ ਲਓ ਅਗਰ ਤੁਸੀਂ 8 ਘੰਟੇ ਸੌਂਦੇ ਹੋ ਅਗਰ ਅੱਜ ਤੁਸੀਂ 4 ਘੰਟੇ ਸੋਵੋਗੇ ਸਵੇਰ ਜਾਓਗੇ ਸਵੇਰ ਚੈੱਕ ਕਰੋਗੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋਏਗਾ ਅਤੇ ਹੋਮਿਓਪੈਥਿਕ ਡਾਕਟਰ ਇਲਾਜ ਕਿਸ ਤਰ੍ਹਾਂ ਕਰਦਾ ਕਿ ਉਹਨੂੰ ਨੀਂਦ ਦੀ ਦਵਾਈ ਦੇਵੇਗਾ ਉਹਨੂੰ ਦੱਸੇਗਾ ਵੀ ਕਿ ਬਈ ਤੁਸੀਂ ਨੀਂਦ ਪੂਰੀ ਕਰਨੀ ਹੈ ਜੇ ਤੁਸੀਂ ਗੋਲੀ ਨਹੀਂ ਖਾਣੀ ਸਾਰੀ ਜ਼ਿੰਦਗੀ ਇੱਥੇ ਲੋਕ ਕੀ ਕਰਦੇ ਆ ਨੀਂਦ ਨਹੀਂ ਕਰਨੀ ਕੰਮਾਂ 'ਤੇ ਇੰਨੇ ਜ਼ਿਆਦਾ ਇੱਧਰ ਉੱਧਰ ਬਿਜ਼ੀ ਲੇਕਿਨ ਇੱਕ ਗੋਲੀ ਜ਼ਰੂਰ ਖਾ ਲੈਣੀ ਹੈ ਬਲੱਡ ਪ੍ਰੈਸ਼ਰ ਦੀ ਔਰ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਕੇ ਸਪੈਸ਼ਲੀ ਮੈਨ ਜਿਹੜਾ ਉਹਦੀ ਹੈਲਥ ਜਿਹੜੀ ਹੈ ਬਹੁਤ ਜ਼ਿਆਦਾ ਵੀਕ ਹੋ ਜਾਂਦੀ ਸੈਕਸ਼ੂਅਲ ਹੈਲਥ ਮੈਨ ਦੀ ਬਲੱਡ ਪ੍ਰੈਸ਼ਰ ਦਵਾਈ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਤਲਬ ਉਹਦਾ ਪ੍ਰੈਸ਼ਰ ਹਰ ਜਗ੍ਹਾ ਹੀ ਘਟਾ ਦਿੰਦੀ ਹੈ ਔਰ ਲੋਕਾਂ ਨੂੰ ਇਤਨਾ ਅੰਦਾਜ਼ਾ ਨਹੀਂ ਬਸ ਡਾਕਟਰ ਕੋਲ ਜਾਂਦੇ ਨੇ ਚੈੱਕਅਪ ਕੀਤਾ ਦਵਾਈ ਲੈ ਲਓ ਖਾਈ ਗਏ ਕੋਈ ਔਰ ਉਹਦੇ ਫਿਰ ਔਰ ਅਕਸਰ ਕੀ ਹੁੰਦਾ 5-6 ਸਾਲ ਬਾਅਦ ਬੰਦੇ ਆਪਣੀ ਅਸਲ ਪ੍ਰੋਬਲਮ ਭੁੱਲ ਜਾਂਦੇ ਆ ਉਹ ਸਾਈਡ ਇਫੈਕਟਾਂ ਦਾ ਇਲਾਜ ਹੋ ਰਿਹਾ ਹੁੰਦਾ ਔਰ ਇਹ ਕਿਆ ਇੱਕ ਐਸਾ ਘਨ ਚੱਕਰ ਜਿਹਾ ਹੋ ਜਾਂਦਾ ਕਿ ਬੰਦੇ ਬਸ ਮਤਲਬ ਡਾਕਟਰਾਂ ਦੇ ਚੱਕਰਾਂ 'ਚ ਹੀ ਔਰ ਦਵਾਈਆਂ ਮਤਲਬ ਸਵੇਰ ਇਹ ਖਾਣੀ ਹੈ ਗੋਲੀ ਦੇ ਦੁਪਹਿਰ ਨੂੰ ਇਹ ਖਾਣੀ ਹੈ ਸ਼ਾਮ ਨੂੰ ਇਹ ਖਾਣੀ ਹੈ ਬਈ ਕਿਉਂ ਤੁਸੀਂ ਬੰਦੇ ਹੋ ਆਪ ਸੋਚੋ ਆਪਣੀ ਹੈਲਥ ਦੇ ਬਾਰੇ 'ਚ ਆਪਣਾ ਲਾਈਫ ਸਟਾਈਲ ਚੇਂਜ ਕਰੋ ਖਾਣੇ ਪੀਣੇ ਦਾ ਕਰੋ ਔਰ ਤੁਸੀਂ ਆਪਣੀ ਸਿਹਤ ਜਿਹੜੀ ਤੁਸੀਂ ਉਹ ਸਲੀਪ ਦੀ ਗੱਲ ਕੀਤੀ ਹੈ ਸਲੀਪ ਪ੍ਰੋਬਲਮ ਬਹੁਤ ਵੱਡੀ ਸਮੱਸਿਆ ਹੈ ਜੀ ਬਿਲਕੁਲ ਅੱਜ ਦੀ ਤਰੀਕ ਦੇ ਵਿੱਚ ਹਾਂਜੀ ਜਿਸ ਬੰਦੇ ਨੂੰ ਵੀ ਤੁਸੀਂ ਪੁੱਛ ਕੇ ਦੇਖ ਲਓ ਉਹ ਕਹਿੰਦਾ ਜੀ ਮੇਰੀ ਨੀਂਦ ਨਹੀਂ ਪੂਰੀ ਹੋਈ ਹਾਂਜੀ ਮੈਂ 22 ਸਾਲ ਦੇ ਬੰਦੇ ਨੂੰ ਪੁੱਛ ਕੇ ਦੇਖਿਆ ਕਿੰਨੇ ਵਜੇ ਘਰ ਜਾਂਦਾ ਉਹ ਕਹਿੰਦੇ 7 ਵਜੇ ਸਵੇਰੇ ਕੰਮ ਤੇ ਕਹਿੰਦੇ 7 ਵਜੇ ਇਟ ਮੀਨ 12 ਘੰਟੇ ਉਹ ਕੰਮ ਘਰ ਮਿਲਦਾ ਆਪਣੇ 12 ਘੰਟੇ ਘਰ ਹੋਣ ਤੋਂ ਬਾਅਦ ਵੀ ਜਦੋਂ ਰੋਜ਼ ਉਸ ਨੂੰ ਅਸੀਂ ਪੁੱਛੋ ਕਹਿੰਦਾ ਜੀ ਮੇਰੀ ਨੀਂਦ ਨਹੀਂ ਪੂਰੀ ਹੋਈ ਇਹ ਲੋਕਾਂ ਦੀ ਸਲੀਪ ਪ੍ਰੋਬਲਮ ਕਿਉਂ ਹੈ ਕੀ ਕਾਰਨ ਹੈ ਦੇਖੋ ਸਟ੍ਰੈਸ ਟੈਨਸ਼ਨ ਟੂ ਮਚ ਵਰੀ ਕਰਨਾ ਮਤਲਬ ਹਰ ਚੀਜ਼ ਕੇ ਸਵੇਰ ਕਿਆ ਕਰਨਾ ਹੈ ਉਹ ਕਰਨਾ ਹੈ ਔਰ ਫਿਰ ਜਿਹੜਾ ਦੇਖੋ ਹੁਣ ਤੁਸੀਂ ਟੀਵੀ ਦੇਖਦੇ ਹੋ ਮੂਵੀ ਦੇਖਦੇ ਹੋ ਇੰਟਰਨੈਟ ਤੇ ਇੰਟਰਟੇਨਮੈਂਟ ਕਰਦੇ ਹੋ ਨਾ ਮਤਲਬ ਆਪਣੀ ਤੁਹਾਨੂੰ ਲਾਈਫ ਨੂੰ ਜ਼ਰਾ ਅੱਛਾ ਫੀਲ ਕਰੋ ਹੁਣ ਤੁਸੀਂ ਇੱਕ ਤੁਹਾਨੂੰ ਉਧਰ ਨੀਂਦ ਆ ਰਹੀ ਹੈ ਤੁਸੀਂ ਉਹ ਮੂਵੀ ਲਾਈ ਹੋਈ ਹੈ ਜਾਂ ਇੰਟਰਨੈਟ ਦੇ ਫਜ਼ੂਲ ਲਿੰਕ ਇੱਧਰ ਉੱਧਰ ਪਤਾ ਨਹੀਂ ਕੀ ਕੀ ਦੇਖ ਰਹੇ ਹੋ ਹਾਂਜੀ ਰਜ਼ਾਈ 'ਚ ਬੜੇ ਹੋ ਮਤਲਬ ਕੰਬਲ 'ਚ ਅੰਦਰ ਹੋ ਤੁਸੀਂ ਫੋਨ ਰੱਖਿਆ ਹੋਇਆ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਤੁਸੀਂ ਫੋਨ ਜਿਹੜਾ ਆਪਣਾ ਚਾਰਜਰ 'ਤੇ ਲਾ ਦਿਓ ਬਾਹਰ ਬੈੱਡਰੂਮ 'ਤੇ ਫੋਨ ਲੈ ਕੇ ਹੀ ਨਾ ਜਾਓ ਆਈ ਨੋ ਪਰਸਨਲੀ ਕਿਤਨੇ ਨਵੇਂ ਯੰਗ ਬੱਚੇ ਨਿਊਲੀ ਮੈਰਿਡ ਉਹਨਾਂ ਦੀ ਤਲਾਕਾਂ ਹੀ ਇਸ ਵਜ੍ਹਾ ਨਾਲ ਸੈਲਫ ਹੋਣ ਦੀ ਵਜ੍ਹਾ ਨਾਲ ਹੋਈਆਂ ਨੇ ਕਿ ਉਹ ਕਹਿੰਦੇ ਜੀ ਉਹ ਵਾਈਫ ਦੀ ਕੰਪਲੇਨ ਹੈ ਜੀ ਉਹ ਬੇਬੀ ਨਹੀਂ ਹੋ ਰਿਹਾ 2-2 ਸਾਲ ਹੋ ਗਏ ਨੇ ਉਹ ਲੈ ਕੇ ਆਉਂਦੇ ਨੇ ਮੁੰਡੇ ਨੂੰ ਵੀ ਮਾਂ ਵੀ ਬੱਚੇ ਵੀ ਉਹ ਸਾਰੇ ਮਤਲਬ ਆਉਂਦੇ ਆ ਔਰ ਗੱਲਬਾਤ ਹੁੰਦੀ ਹੈ ਜੀ ਕੀ ਪ੍ਰੋਬਲਮ ਨਿਕਲਿਆ ਜੀ ਇਹ ਜੀ ਇਹ ਤਾਂ ਮੇਰਾ ਹਸਬੈਂਡ ਤਾਂ ਉਹ ਫੋਨ 'ਤੇ ਲੱਗਾ ਰਹਿੰਦਾ ਰਾਤ ਨੂੰ ਸਾਰੀ ਗੇਮਾਂ ਖੇਡਦਾ ਰਹਿੰਦਾ ਅਤੇ ਮੇਰੇ ਨਾਲ ਤਾਂ ਗੱਲਬਾਤ ਵੀ ਨਹੀਂ ਕਰਦਾ ਅਤੇ ਉਹ ਬੱਚਾ ਕਿੱਥੋਂ ਆਉਣਾ ਆਵਾਜ਼ 'ਚ ਹੋ ਜਾਣਾ ਬੱਚਾ
या फिर उन्होंने होर प्रॉब्लम होंगे ने मैन हैल्थ जोड़ा एक ऐसा इशू है सैक्शुअल हैल्थ या कोई उन्होंने इन्नी बॉडी इस तरह की होंगी है हारमोन कट जाते हैं उन्होंने उस तरफ तवज्जो नहीं होंगी अपनी वाइफ नाल औरतों उन्होंने इतना अट्रैक्शन नहीं होंगे और माँ प्यो शादी कर देंगे है तो वह फिर उन्होंने इतना लगाओ ही नहीं वो अपने कंप्यूटर और इंटरनेट से लगे रहेंगे है तो माँ प्यो कहें जी साल दो साल हो गए शादी में बेबी नहीं होया पता लगता कि वह मतलब उन्होंने तो कदे आपस मिले ही नहीं या इन्नी उन्होंने प्रॉब्लम है कि वह मतलब ही इज़ नॉट कैपेबल ऑफ डूइंग दिस अपनी वाइफ नाल मिलने का या वाइफ नु इन्ने हार्मोन द प्रॉब्लम इज स्ट्रेस सामाजिक प्रॉब्लम क्रिएट बहुत बड़ी सामाजिक प्रॉब्लम क्रिएट कर दिया है जी बिल्कुल हां जी अच्छा मैं ये समझांगा कि किसी भी मसले दे हल वास्ते जिहड़ियां ये तुहाड़ियां होम्योपैथी जां आयुर्वेदिक दवाइयां ने ਇਹ ਕਿੰਨੇ ਕੁ ਚਿਰ ਦੇ ਵਿੱਚ ਅਸਰ ਕਰਨਾ ਸ਼ੁਰੂ ਕਰ ਦਿੰਦੀ ਯਾਨੀ ਕਿੰਨਾ ਟਾਈਮ ਲੱਗਦਾ ਕਿ ਲੋਕਾਂ ਦਾ ਪ੍ਰੋਬਲਮ ਜੀ ਬਹੁਤ ਦੇਰ ਲੱਗਦੀ ਇਹਨਾਂ ਨੂੰ ਅਸਰ ਕਰਨ ਦੇ ਵਿੱਚ ਜਾਂ ਕਿੱਦਾਂ ਪਰ ਕੀ ਇਹ ਛੇਤੀ ਅਸਰ ਕਰ ਨਹੀਂ ਹਾਂ ਬਿਲਕੁਲ ਹੁਣ ਤੁਸੀਂ ਅਗਰ ਬਲੱਡ ਪ੍ਰੈਸ਼ਰ ਹੈ ਤੁਹਾਨੂੰ ਹੁਣ ਇੱਕ ਡੋਜ਼ ਲਓ ਤੁਹਾਨੂੰ ਉਸੇ ਵੇਲੇ ਪਤਾ ਲੱਗੇਗਾ ਸ਼ੂਗਰ ਦੀ ਦਵਾਈ ਹੈ ਉਸੇ ਵੇਲੇ ਗੋਲੀ ਖਾਓਗੇ ਤੁਹਾਨੂੰ ਉਸੇ ਵੇਲੇ ਸ਼ੂਗਰ ਕੰਟਰੋਲ ਹੋਏਗੀ ਔਰ ਹੁਣ ਜਿਸ ਤਰ੍ਹਾਂ ਤੁਹਾਨੂੰ ਜੁਆਇੰਟ ਪੇਨ ਹੈ ਜਿਸ ਤਰ੍ਹਾਂ ਹੁਣ 10 ਸਾਲ ਤੋਂ ਤੁਹਾਡੇ ਗੋਡੇ ਜਿਹੜੇ ਨੇ ਉਹ ਦਰਦ ਕਰ ਰਹੇ ਨੇ ਔਰ ਪ੍ਰੋਬਲਮ ਹੈ ਤੇ ਉਹ ਕੋਈ ਇੱਕ ਦਿਨ ਜੀ ਹਫ਼ਤੇ 'ਚ ਨਹੀਂ ਠੀਕ ਹੋਣ ਦੇ ਉਹ 2-4 ਮਹੀਨੇ ਲਗਾਤਾਰ ਦਵਾਈ ਖਾਓਗੇ ਔਰ ਉਹ ਤੁਹਾਡੀ ਹੱਡੀਆਂ ਦੀ ਜਿਹੜੀ ਇਨਫਲੇਮੇਸ਼ਨ ਹੈ ਹੱਡੀਆਂ ਕਮਜ਼ੋਰ ਨੇ ਬਲੱਡ ਸਰਕੂਲੇਸ਼ਨ ਹੈ ਅਤੇ ਉਹ ਸਾਰਾ ਕੁਝ ਠੀਕ ਹੋਏਗਾ ਅਤੇ ਫਿਰ ਤੁਹਾਨੂੰ ਪੂਰੀ ਤਰ੍ਹਾਂ ਮਹਿਸੂਸ ਕਰੋਗੇ ਕਿ ਤੁਹਾਨੂੰ ਫਾਇਦਾ ਹੋ ਰਿਹਾ ਅਤੇ ਹਰ ਇੱਕ ਦਾ ਡਿਪੈਂਡ ਕਰਦਾ ਕਿੰਨਾ ਪ੍ਰੋਬਲਮ ਹੈ ਔਰ ਉਸ ਹਿਸਾਬ ਨਾਲ ਅਗਰ ਤੁਹਾਨੂੰ ਖਾਂਸੀ ਹੈ ਉਸ ਇੱਕ ਦੋ ਦਿਨਾਂ 'ਚ ਠੀਕ ਹੋ ਸਕਦੀ ਹੈ ਖਾਂਸੀ ਹੈ ਤਾਂ ਨਹੀਂ ਕਿ ਖਾਂਸੀ ਵਾਸਤੇ 6 ਮਹੀਨੇ ਲੱਗਣ ਦੇ ਹੁਣ ਖਾਂਸੀ ਵੀ ਵਜ੍ਹਾ ਹੈ ਕਿਤਨੇ ਪੇਸ਼ੈਂਟ ਨੇ ਜਿਹੜੇ ਕਿ ਅੰਗਰੇਜ਼ੀ ਦਵਾਈਆਂ ਖਾ ਰਹੇ ਆ ਉਹਦੀ ਵਜ੍ਹਾ ਨਾਲ ਉਹਨਾਂ ਨੂੰ ਖਾਂਸੀ ਹੁੰਦੀ ਹੈ ਡਰਾਈਨੈਸ ਹਾਂਜੀ ਬਿਲਕੁਲ ਅਤੇ ਉਹਦੀ ਮਿਸਾਲ ਇੱਕ ਜਿਹੜੀ ਬਲੱਡ ਪ੍ਰੈਸ਼ਰ ਦੀ ਇੱਕ ਦਵਾਈ ਹੈ ਉਹਦੀ ਵਜ੍ਹਾ ਨਾਲ ਖਾਂਸੀ ਹੁੰਦੀ ਹੈ ਅਤੇ ਲੋਕਾਂ ਨੂੰ ਪਤਾ ਹੀ ਨਹੀਂ ਉਹ ਦਵਾਈ ਬਲੱਡ ਪ੍ਰੈਸ਼ਰ ਦੀ ਖਾਈ ਜਾਂਦੀ ਹੁਣ ਸਾਡੇ ਕੋਲ ਅਗਰ ਆਉਣਦੇ ਤਾਂ ਮੈਂ ਉਹਨਾਂ ਨੂੰ ਰੈਕਮੈਂਡ ਕਰਾਂਗਾ ਤੁਸੀਂ ਹੋਮਿਓਪੈਥਿਕ ਦਵਾਈ ਖਾਓ ਬਲੱਡ ਪ੍ਰੈਸ਼ਰ ਵਾਸਤੇ ਅਤੇ ਤੁਹਾਨੂੰ ਖੰਘ ਦੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਕਿ ਖੰਘ ਦੀ ਦਵਾਈ ਤੁਸੀਂ ਖਾਂਦੇ ਰਹੋਗੇ ਤਾਂ ਖੰਘ ਠੀਕ ਰਹੇਗੀ ਲੇਕਿਨ ਉਹਦੀ ਵਜ੍ਹਾ ਕੀ ਹੈ ਉਹਦਾ ਟੇਕ ਕੇਅਰ ਕਰੋ ਰਾਈਟ 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 ਮਤਲਬ ਇਹ ਨਹੀਂ ਕਿ ਗੋਲੀ ਖਾ ਲਓ ਇੱਕ ਬੜਾ ਕਾਮਨ ਪ੍ਰੋਬਲਮ ਹੈ ਇੱਥੇ ਐਲਰਜੀਜ਼ ਹੋਣਾ ਨਿਛਾਣੀਆਂ ਸਕਿਨ ਪ੍ਰੋਬਲਮ ਡਰਾਈਨੈਸ ਹੋਣਾ ਅੱਖਾਂ 'ਚ ਮਤਲਬ ਅੱਖਾਂ ਦੀ ਖੁਸ਼ਕੀ ਇਹ ਇੱਕ ਬਹੁਤ ਆਮ ਪ੍ਰੋਬਲਮ ਹੈ ਉਹਦਾ ਹੱਲ ਇਹ ਹੀ ਹੈ ਕਿ ਡਾਕਟਰ ਤੁਹਾਨੂੰ ਦੇ ਦਿੰਦੇ ਨੇ ਗੋਲੀ ਹੈ ਇੱਕ ਅੱਜ ਗੋਲੀ ਖਾ ਲਓ 24 ਘੰਟੇ ਬਾਅਦ ਦੂਜੀ ਖਾ ਲੈਣਾ ਬਲੱਡ ਪ੍ਰੈਸ਼ਰ ਦੀ ਵੀ ਐਲਰਜੀਜ਼ ਦੀ ਵੀ ਅਤੇ ਉਹ ਰੋਜ਼ ਖਾਣਾ ਖਾ ਕੇ ਦਵਾਈਆਂ ਔਰ ਆਪਣੇ ਸਟਮਕ ਦਾ ਖਾਣਾ ਖਰਾਬ ਕਰ ਲੈਂਦੇ ਨੇ ਫਿਰ ਉਹ ਸਟਮਕ ਦੀ ਦਵਾਈ ਲੱਗ ਜਾਂਦੀ ਹੈ ਮਤਲਬ ਅਤੇ ਇਸ ਵਾਸਤੇ ਹੋਮਿਓਪੈਥਿਕ ਹਰਬਲ ਜਿਹੜੀ ਹੈ ਅਸੀਂ ਦੇਖਦੇ ਹਾਂ ਕਿ ਇਹ ਵਜ੍ਹਾ ਕੀ ਹੈ ਕਾਰਨ ਕੀ ਹੈ ਪ੍ਰੋਬਲਮ ਦਾ ਰਾਈਟ ਰਾਈਟ ਉਹਨੂੰ ਠੀਕ ਕਰੀਦਾ ਅਤੇ ਫਿਰ ਜਾ ਕੇ ਬੰਦਾ ਠੀਕ ਹੁੰਦਾ ਨਾਲੇ ਉਹਨੂੰ ਦੱਸੀਦਾ ਕਿ ਬਈ ਤੁਸੀਂ ਆਪਣੇ ਲਾਈਫ ਸਟਾਈਲ 'ਚ ਥੋੜ੍ਹਾ ਚੇਂਜਸ ਕਰੋ ਤੁਸੀਂ ਖਾਣੇ ਪੀਣੇ 'ਤੇ ਕੁਝ ਤਵੱਜੋ ਦਿਓ ਸਹੀ ਟਾਈਮ 'ਤੇ ਖਾਓ ਓਵਰ ਈਟਿੰਗ ਨਾ ਕਰੋ ਥੋੜ੍ਹੇ ਬਹੁਤ ਵਾਕ ਵਗੈਰਾ ਕਰੋ ਈਟਿੰਗ ਘੱਟ ਕਰੋ ਸੋ ਤੁਸੀਂ ਯੰਗ ਬੰਦੇ ਹੋ 30 ਸਾਲ 35 ਸਾਲ 25 ਸਾਲ ਔਰ ਅੱਜ ਕੱਲ੍ਹ ਬਹੁਤ ਜ਼ਿਆਦਾ ਪੇਸ਼ੈਂਟ ਜਿਹੜੇ ਨੇ ਪ੍ਰੋਬਲਮ ਜਿਹੜੇ ਯੰਗ ਲੋਕਾਂ ਨੂੰ ਪ੍ਰੋਬਲਮ ਹੈ ਮਾਂ ਪਿਓ ਜਿਹੜੇ 30, 40, 35, 50, 60 ਸਾਲ ਦੇ ਉਹ ਹੈਲਦੀ ਨੇ ਲੇਕਿਨ ਉਹ ਬੱਚਿਆਂ ਨੂੰ ਲੈ ਕੇ ਆ ਰਹੇ ਉਹ ਸਿਹਤਮੰਦ ਨੇ ਲੇਕਿਨ ਬੱਚੇ ਉਹਨਾਂ ਦੇ ਟੀਨੇਜਰ 10 ਸਾਲ 15 ਸਾਲ 20 ਸਾਲ 25 25 30 30 ਸਾਲ ਉਹਨਾਂ ਨੂੰ ਪ੍ਰੋਬਲਮ ਹੋ ਰਹੇ ਨੇ ਜਿਹੜੇ ਮਾਡਰਨ ਲਾਈਫ ਸਟਾਈਲ ਦੀ ਵਜ੍ਹਾ ਨਾਲ ਉਹਨਾਂ ਨੂੰ ਖੁਦਾ ਨੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਦਿੱਤੀ ਲੇਕਿਨ ਆਪਣੇ ਕਰਤੂਤਾਂ ਦੀ ਵਜ੍ਹਾ ਨਾਲ ਉਹ ਬਿਮਾਰ ਨੇ ਰਾਈਟ 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 ਡਾਕਟਰ ਸਾਹਿਬ ਇੱਕ ਮੈਂ ਤੁਹਾਡੇ ਕੋਲ ਆਖਰੀ ਦੇ ਵਿੱਚ ਕੁਝ ਗੱਲਾਂ ਪੁੱਛਣੀਆਂ ਜ਼ਰੂਰ ਚਾਹਾਂਗਾ ਕਿ ਤੁਹਾਡੀ ਜਿਹੜੀ ਇਹ ਦਵਾਈ ਹੈ ਹੋਮਿਓਪੈਥਿਕ ਜਾਂ ਹਰਬਲ ਇਹਦੇ ਨਾਲ ਜਿਹੜੀ ਮਤਲਬ ਕਹਿ ਸਕਦਾ ਪਰਹੇਜ਼ ਜਿਹਨੂੰ ਹਾਂਜੀ 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 ਪਰਹੇਜ਼ ਕਿਹੜੇ ਕਿਹੜੇ ਵਰਤਣੇ ਚਾਹੀਦੇ ਨੇ ਦੇਖੋ ਜਿਹੜੀ ਉਹਨਾਂ ਦੇ 'ਚ ਨਾ ਹੁਣ ਮੇਰਾ ਜਿਹੜਾ ਦਵਾਈ ਦੇਣ ਦਾ ਤਰੀਕੇਕਾਰ ਹੈ ਉਹਦੇ 'ਚ ਹੋਮਿਓਪੈਥਿਕ ਹਰਬਲ ਵੀ ਹੈ ਹੋਮਿਓਪੈਥਿਕ ਦਵਾਈ ਜਿਹੜੀ ਹੁੰਦੀ ਹੈ ਉਹ ਡਰੋਪਸ ਹੁੰਦੇ ਆ ਪਾਣੀ 'ਚ ਬੂੰਦਾਂ ਪਾ ਕੇ ਪੀਣੀਆਂ ਹੁੰਦੀਆਂ ਨੇ ਜਾਂ ਚਿਊਬਲ ਗੋਲੀਆਂ ਹੁੰਦੀਆਂ ਨੇ ਮਿੱਠੀਆਂ ਉਹ ਐਬਜ਼ਾਰਬ ਹੁੰਦੀਆਂ ਨੇ ਮੂੰਹ ਵਿੱਚ ਠੀਕ ਹੈ ਔਰ ਉਹਦਾ ਇਸ ਵਾਸਤੇ ਕਹੀਦਾ ਕਿ ਬਈ ਤੁਸੀਂ ਜੇ ਰੋਟੀ ਪਾਣੀ ਖਾਧਾ ਅਤੇ ਉਹਦੇ ਅੱਧੇ ਘੰਟੇ ਘੰਟੇ ਬਾਅਦ ਦਵਾਈ ਖਾਓ ਤਾਂ ਕਿ ਉਹ ਐਬਜ਼ਾਰਬ ਹੁੰਦੀ ਹੈ ਮੂੰਹ 'ਚ ਅਤੇ ਅਗਰ ਤੁਸੀਂ ਰੋਟੀ ਪਾਣੀ ਖਾਧਾ ਹੋਇਆ ਕੁਝ ਜਾਂ ਪਿਆਜ਼ ਵਗੈਰਾ ਗੰਢੇ ਛੰਡੇ ਜਾਂ ਸਮੈਲ ਸਟਰੋਂਗ ਸਮੈਲ ਵਾਲੀਆਂ ਚੀਜ਼ਾਂ ਚਟਨੀਆਂ ਵਗੈਰਾ ਚਾਹ ਕੌਫੀ ਅਗਰ ਉਹ ਹੋਏਗੀ ਤਾਂ ਉਹਦਾ ਅਸਰ ਉਹ ਫਿਰ ਨਹੀਂ ਹੁੰਦਾ ਉਸ ਦਵਾਈ ਦਾ ਅਤੇ ਇਸ ਵਾਸਤੇ ਉਹ ਮਨਾ ਕਰੀਦਾ ਲੇਕਿਨ ਜਿਹੜੇ ਹਰਬਲ ਦਵਾਈਆਂ ਨੇ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਉਹ ਟੈਬਲੇਟ ਨੇ ਤੁਸੀਂ ਪਾਣੀ ਨਾਲ ਖਾਣੀਆਂ ਨੇ ਕੁਝ ਰੋਟੀ ਦੇ ਬਾਅਦ ਖਾਣੀਆਂ ਨੇ ਨਾਲ ਖਾਣੀਆਂ ਨੇ ਡਿਫਰੈਂਟ ਔਰ ਹਰ ਇੱਕ ਅਲੱਗ ਅਲੱਗ ਬਿਮਾਰੀ ਦਾ ਅਲੱਗ ਅਲੱਗ ਫਿਰ ਪਰਹੇਜ਼ ਹੈ ਕਿ ਕੀ ਤੁਸੀਂ ਕਰਨਾ ਕੀ ਨਹੀਂ ਖਾਣਾ ਉਹ ਸਾਰਾ ਦੱਸੀਦਾ ਔਰ ਆਲਵੇਜ਼ ਪਿਛਲੇ 28 ਸਾਲ ਤੋਂ ਮੈਂ ਮਤਲਬ ਹੈਲਪ ਕਰ ਰਿਹਾ ਲੋਕਾਂ ਦੀ ਰਾਈਟ 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 ਜੀ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹੋ ਜੀ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਜੀ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹੋ ਜੀ, ਕਰੋ ਜੀ ਡਾਕਟਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ, ਦੱਸੋ ਜੀ। ਹਾਂਜੀ ਡਾਕਟਰ ਸਾਹਿਬ, ਮੈਂ ਨਾ ਕੈਨੇਡਾ ਤੋਂ ਬੋਲ ਰਿਹਾ ਜੀ। ਮੇਰੇ ਮਦਰ ਨੂੰ ਬਹੁਤ ਜ਼ਿਆਦਾ ਨਾ ਸੁੱਕੀ ਖੰਘ ਰਹਿੰਦੀ ਆ, ਮਤਲਬ ਉਹਨਾਂ ਦੇ ਕੁਰਕਰੀ ਜੀ ਉੱਠਦੀ ਆ ਗਲੇ ਚੋਂ। ਓਕੇ। ਤੇ ਉਹਨਾਂ ਨੇ ਬਹੁਤ ਹੀ ਮਤਲਬ ਮੈਡੀਸਨ ਲੈਤੀ ਆ, ਠੀਕ ਨਹੀਂ ਹੋ ਰਹੀ। ਅੱਛਾ, ਤੇ ਉਹਨਾਂ ਨੂੰ ਜਦੋਂ ਲੈਂਦੇ ਆ ਕੁਝ ਟਾਈਮ ਲੈਂਦੇ ਆ ਪਫ ਵਗੈਰਾ, ਫੇਰ ਠੀਕ ਹੋ ਜਾਂਦੀ ਆ, ਫੇਰ ਉਦਾਂ ਹੀ ਹੋ ਜਾਂਦੀ, ਉਹਨਾਂ ਸਾਹ ਬੰਦ ਹੋਣ ਵਰਗਾ ਹੋ ਜਾਂਦਾ। ਓਕੇ, ਤੇ ਉਹਨਾਂ ਨੂੰ ਕੋਈ ਪਾਣੀ ਨਿਕਲਦਾ ਬਹੁਤ ਜ਼ੋਰ ਜ਼ੋਰ ਦੀ, ਇਦਾਂ ਹੁੰਦਾ। ਠੀਕ ਹੈ, ਐਲਰਜੀ ਜ਼ਿਆਦਾ ਨੇ ਉਹਨਾਂ ਨੂੰ, ਇਨਫਲੇਮੇਸ਼ਨ ਹੈ ਬਾਡੀ 'ਚ, ਗਲੇ 'ਚ ਵੀ, ਲੰਗਸ 'ਚ ਵੀ, ਅਤੇ ਉਹ ਸਿਰਫ ਖੰਘ ਦੇ ਸ਼ਰਬਤ ਨਾਲ ਨਹੀਂ ਉਹਨਾਂ ਦਾ ਇਲਾਜ ਹੋਏਗਾ, ਉਹਨਾਂ ਨੂੰ ਵਜ੍ਹਾ ਜਿਹੜੀ ਪ੍ਰੋਬਲਮ ਹੈ ਉਹਦਾ ਇਲਾਜ ਹੋਏਗਾ। ਅਤੇ ਇਲਾਜ ਹੋ ਜਾਏਗਾ, ਖੰਘ ਵੀ ਠੀਕ ਹੋ ਜਾਏਗੀ। ਤੇ ਤੁਸੀਂ ਹੁਣ ਟਾਈਮ ਸਾਡੇ, ਤੁਸੀਂ ਬਹੁਤ ਹੀ ਇੱਕ ਮਿੰਟ ਰਹਿ ਗਿਆ, ਤੁਸੀਂ ਮੇਰਾ ਫੋਨ ਨੰਬਰ ਜਿਹੜਾ ਸਕਰੀਨ ਤੇ ਆ ਰਿਹਾ ਉਹ ਨੋਟ ਕਰ ਲਓ, ਉਹ ਫਿਰ ਤੁਸੀਂ ਮੈਨੂੰ ਕਾਲ ਕਰ ਲੈਣਾ ਕੱਲ ਦਿਨ ਨੂੰ ਕਿਸੇ ਵੇਲੇ। ਠੀਕ ਹੈ, ਥੈਂਕ ਯੂ ਜੀ। ਓਕੇ ਜੀ, ਡਾਕਟਰ ਸਾਹਿਬ ਮੈਂ ਦੋਸਤਾਂ ਨੂੰ ਗੁਜ਼ਾਰਿਸ਼ ਕਰਾਂਗਾ, ਡਾਕਟਰ ਸਾਹਿਬ ਦੀ ਸਕਰੀਨ ਦੇ ਉੱਤੇ ਆ ਰਹੇ ਨੰਬਰ 7183963600 ਕਾਲਾਂ ਹੁਣ ਆ ਰਹੀਆਂ, ਪਰ ਮੈਂ ਹੁਣ ਕਾਲ ਇੱਕ ਸਕਿੰਟ ਲਈ ਲੈ ਸਕਦਾ ਵੀ ਕੀ ਛੋਟੀ ਜਿਹੀ ਪ੍ਰੋਬਲਮ ਦੱਸ ਦਿਓ। ਹਾਂਜੀ ਹੈਲੋ, ਹੈਲੋ, ਹਾਂਜੀ ਹਾਂਜੀ ਜੀ, ਕੁਇਕਲੀ ਪ੍ਰੋਬਲਮ ਦੱਸ ਦਿਓ ਕੀ ਪ੍ਰੋਬਲਮ ਹੈ। ਹਾਂਜੀ ਸਰ, ਮੈਂ ਇੱਦਾਂ ਵੀ ਮੈਨੂੰ ਥਾਇਰਾਇਡ, ਮੈਂ 42 ਇਨ ਥਾਇਰਾਇਡ ਦੀ ਪ੍ਰੋਬਲਮ ਹੈ। ਓਕੇ ਜੀ, ਤੇ ਇੱਕ ਨਾਲ ਆਪਣੇ ਟੈਸਟੋਸਟਰੋਨ ਮੇਰਾ ਲੋ ਹੋਇਆ ਪਿਆ, ਉਹਦੇ ਕਰਕੇ ਮਤਲਬ ਕਿ ਕੀ ਮਤਲਬ ਕਿ ਹੈਗਾ ਉਹਦਾ। ਉਹਦੇ ਵਾਸਤੇ ਆਹੀ ਅਸੀਂ ਗੱਲਾਂ ਕਰ ਰਹੇ ਸੀ, ਤੁਸੀਂ ਇਹ ਮੇਰਾ ਇੱਕ ਨੰਬਰ ਨੋਟ ਕਰ ਲਓ, ਤੁਹਾਡੇ ਥਾਇਰਾਇਡ ਦੀ ਵੀ ਦਵਾਈ ਦਿੰਦੇ ਹਾਂ, ਤੁਹਾਡੇ ਟੈਸਟੋਸਟਰੋਨ ਵਾਸਤੇ ਨੂੰ ਹਾਈ ਕਰਨ ਵਾਸਤੇ ਵੀ ਹੋਮਿਓਪੈਥਿਕ ਹਰਬਲ ਦਵਾਈ ਰੈਕਮੈਂਡ ਕਰਾਂਗੇ। ਅਤੇ ਤੁਸੀਂ ਅਗਰ ਨਿਊਯਾਰਕੋਂ ਆ ਸਕਦੇ ਹੋ ਜਾਂ ਫਿਰ ਫੋਨ 'ਤੇ ਤੁਹਾਨੂੰ ਦਵਾਈ ਭੇਜੀ ਜਾ ਸਕਦੀ ਹੈ ਬਾਈ ਮੇਲ। ਠੀਕ ਹੈ ਜੀ ਡਾਕਟਰ ਸਾਹਿਬ, ਵਕਤ ਹੋ ਗਿਆ ਹੁਣ ਕਾਲਾਂ ਨਹੀਂ ਲੈ ਸਕਦੇ, ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਰ ਹਫ਼ਤੇ ਸਾਨੂੰ ਸੇਵਾਵਾਂ ਦਿੰਦੇ ਹੋ, ਮੈਂ ਦੋਸਤਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਅਗਲੇ ਬੁੱਧਵਾਰ ਡਾਕਟਰ ਸਾਹਿਬ ਠੀਕ 7:30 ਦੇ ਉੱਤੇ ਜਸ ਪੰਜਾਬੀ ਦੇ ਉੱਤੇ, ਥਰਸਡੇ ਸੋਰੀ ਵੀਰਵਾਰ, ਵੀਰਵਾਰ 7:30 ਦੇ ਉੱਤੇ ਜਸ ਪੰਜਾਬੀ ਦੇ ਉੱਤੇ, ਔਰ 7:00 ਜਸ ਹਿੰਦੀ ਦੇ ਉੱਤੇ ਜਿਹੜਾ ਉਹ ਆਪਣੇ ਸੁਝਾਅ ਦਿੰਦੇ ਨੇ, ਔਰ ਤੁਸੀਂ ਉਸ ਟਾਈਮ ਨਾਲ ਸਮੇਂ ਨਾਲ ਜ਼ਰੂਰ ਕਾਲ ਕਰਿਆ ਕਰੋ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ, ਥੈਂਕ ਯੂ ਜੀ।